ਕੋਈ ਦੋਧੀ ਸੀ ਦੁੱਧ ਪਾਉਣ ਵਾਲਾ, ਉਹ ਦੁੱਧ ਪਾ ਰਿਹਾ, ਬੜੀ ਲੰਬੀ ਲਾਈਨ ਲੱਗੀ ਹੋਈ ਆ। ਕੋਈ ਕਹਿੰਦਾ 1 ਕਿਲੋ ਦੁੱਧ ਦੇ ਦੇ, ਕੋਈ ਕਹਿੰਦਾ 2 ਕਿਲੋ, ਕੋਈ ਕਹਿੰਦਾ 4 ਕਿਲੋ ਦੁੱਧ ਦੇ ਦੇ ਮੈਨੂੰ। ਉਹ ਦੁੱਧ ਪਾਈ ਜਾਂਦਾ, ਪੈਸੇ ਲਈ ਜਾ ਰਿਹਾ। ਇਹਨੇ ਨੂੰ ਇੱਕ ਸੱਜਣ ਆਉਂਦਾ ਹੈ, ਉਹ ਲੈਣ ਵਿੱਚ ਵੀ ਨਹੀਂ ਲੱਗਦਾ, ਉਹਦੇ ਕੋਲ ਪੈਸੇ ਵੀ ਨਹੀਂ ਹੈਗੇ, ਸਿੱਧਾ ਆਉਂਦਾ ਹੈ, ਆਪਣਾ ਭਾਂਡਾ ਅੱਗੇ ਕਰਦਾ ਹੈ ਅਤੇ ਦੁੱਧੀ ਮਿਹਨਤੀ ਵੀ ਨਹੀਂ ਕਰਦਾ, ਉਹਦਾ ਭਾਂਡਾ ਦੁੱਧ ਨਾਲ ਭਰ ਦਿੰਦਾ ਹੈ। ਕੁਝ ਸੱਜਣ ਬੋਲਣ ਲੱਗੇ, ਕਹਿੰਦੇ ਦੋਧੀ ਜੀ ਇਹ ਵਿਤਕਰਾ ਕਿਉਂ ਕਰਦੇ ਪਏ ਹੋ? ਅੱਗੋਂ ਦੋਧੀ ਪਤਾ ਕੀ ਕਹਿੰਦਾ, ਦੋਧੀ ਵੀਰ ਇਹ ਜਿਹੜਾ ਸੱਜਣ ਆਇਆ ਜਿਹਦਾ ਮੈਂ ਬਰਤਨ ਭਰ ਦਿੱਤਾ ਨਾ ਦੁੱਧ ਦੇ ਨਾਲ, ਇਹਦੇ ਕੋਈ ਮਾਇਆ ਵੀ ਨਹੀਂ ਲਈ, ਕੋਈ ਹਿਸਾਬ ਕਿਤਾਬ ਵੀ ਨਹੀਂ ਲਿਆ, ਇਹ ਮੇਰਾ ਯਾਰ ਹੈ। ਯਾਰ ਯਾਰਾਂ ਦੇ ਨਾਲ ਕਦੀ ਹਿਸਾਬ ਕਿਤਾਬ ਨਹੀਂ ਹੁੰਦੇ। ਗੁਰਮੁਖੋ ਅੱਜ ਇੱਥੇ ਪਹੁੰਚੇ ਬਾਬਾ ਦੀਪ ਸਿੰਘ ਦੇ ਸਥਾਨ 'ਤੇ, ਅੱਜ ਬਾਬਾ ਦੀਪ ਸਿੰਘ ਨੂੰ ਆਪਣਾ ਯਾਰ ਬਣਾ ਕੇ ਜਾਣਾ ਹੈ।